ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਵੀਂ ਜਗ੍ਹਾ 'ਤੇ ਆਏ ਅੱਜ ਫਿਰ ਲੋਡ ਲੈਣ ਵਾਸਤੇ, ਅਤੇ ਇੱਥੋਂ ਦੀ ਇਹਨਾਂ ਦੀ ਮਸ਼ੀਨਰੀ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਥੋੜ੍ਹੇ ਜਿਹੇ ਬੰਦੇ ਮਸ਼ੀਨਾਂ ਦੇ ਨਾਲ ਕੰਮ ਲੈਂਦੇ, ਮਸ਼ੀਨਾਂ ਤੋਂ ਕੰਮ ਲੈ ਕੇ ਮਤਲਬ ਸਾਰਾ ਹੀ ਕੰਮ ਸਾਂਭੀ ਜਾਂਦੇ, ਪਲਾਂਟ ਦਾ ਕਹਿ ਲਓ ਜਾਂ ਫਾਰਮ ਦਾ ਕਹਿ ਲਓ, ਅਤੇ ਕੋਲਡ ਸਟੋਰ ਆ। ਬਸ ਦੋ ਤਿੰਨ ਕੁ ਬੰਦੇ ਆ ਜਾਂਦੇ ਆ, ਟਰੱਕ ਭਰਨ ਲੱਗੇ ਹੋਏ ਆ ਮਸ਼ੀਨ ਦੇ ਨਾਲ, ਤੁਹਾਨੂੰ ਸਾਂਝਾ ਕਰਦੇ ਹਾਂ। ਹਰੇਕ ਚੀਜ਼ ਕੰਮ ਤਕਨੀਕ ਤੋਂ ਲੈਂਦੇ ਆ, ਦਿਮਾਗ ਲਾਉਂਦੇ, ਜ਼ੋਰ ਨਹੀਂ ਲਾਉਂਦੇ ਹੈਗੇ, ਜ਼ੋਰ ਦਿਖਾਉਂਦੇ ਵੀ ਹੈ ਨਹੀਂ ਗੇ, ਇਕੱਲਾ ਬਸ ਬੁੱਧੀ ਦੀ ਵਰਤੋਂ ਕਰਦੇ ਆ ਵੱਧ ਤੋਂ ਵੱਧ। ਦੇਖੋ ਜਿਹੜਾ ਟਰੱਕ ਕਿਵੇਂ ਲੋਡ ਹੁੰਦਾ, ਦੇਖੋ ਜੀ ਕੋਲਡ ਸਟੋਰ ਇਹਨਾਂ ਦਾ ਆਲੂਆਂ ਦਾ, ਅੰਦਰੋਂ ਸਾਰੇ ਰੈਕ ਲੱਗੇ ਹੋਏ ਆ ਆਪਣੇ ਕੋਲਡ ਸਟੋਰ, ਸਾਰੇ ਲੋਹੇ ਦੇ ਹੁੰਦੇ ਆ। ਇਹ ਬਿਲਡਿੰਗ ਤਿਆਰ ਕਰਨ ਤੋਂ ਬਾਅਦ ਲੱਕੜ ਦੇ ਬਕਸੇ ਬਣਾਏ ਹੋਏ ਆ, ਕਰੇਟ ਬਣਾਏ ਹੋਏ ਇਹਨਾਂ ਦੇ, ਲਗਭਗ 5 ਫੁੱਟ 5 ਬਾਏ 3 ਕਿਲੋ। ਠੀਕ ਹੈ ਜੀ, ਦੇਖੋ ਅੰਦਰ ਸੈਕਸ਼ਨ ਬਣਾਏ ਹੋਏ ਆ, ਬਹੁਤ ਵੱਡਾ ਕੋਲਡ ਸਟੋਰ ਆ। ਇਹ ਬਕਸੇ ਆ ਜਿਹੜੇ ਇਹਨਾਂ ਦੇ ਕਰੇਟ ਨੇਗੇ, ਇਹ ਆਲੂਆਂ ਦੇ ਭਰ ਕੇ ਰੱਖਦੇ ਆ, ਅਤੇ ਇਦੂ ਗਾਹਾਂ ਸਟੋਰ ਕਰਕੇ ਠੰਡਾ ਗਾ, ਅੰਦਰੋਂ ਠੰਡ ਵੀ ਹੁਣ ਵੀ ਹੈਗੀ ਆ, ਠੰਡਾ ਖਾਲਾ ਕੇ ਬੰਦ ਕੀਤਾ ਵਾ ਇਹ, ਜਮ੍ਹਾਂ ਖਾਲੀ ਆ, ਅਤੇ ਪਰ ਹਜੇ ਵੀ ਏ ਸੀ ਵਾਲੀ ਠੰਡਕ ਮਹਿਸੂਸ ਹੋ ਰਹੀ ਆ। ਅਤੇ ਆ ਇਹਨਾਂ ਦੀਆਂ ਦਵਾਈਆਂ ਪਈਆਂ ਨੇ, ਕਹਿ ਲਓ ਪ੍ਰਛੱਤੀਆਂ ਬਣਾਈਆਂ ਵੀ ਆ, ਤਿੰਨ ਤਿੰਨ ਮੰਜ਼ਲਾਂ ਸਮਾਨ ਰੱਖਣ ਵਾਸਤੇ। ਠੀਕ ਹੈ ਜੀ, ਆਹ ਹੀਟਰ ਆ ਜੀ, ਹੀਟ ਕਰਨ ਵਾਸਤੇ ਇਹ, ਕੋਈ ਡੀਜ਼ਲ ਨਾਲ ਚੱਲਦਾ, ਕੋਈ ਆਪਣਾ ਇਕੱਲੀ ਬਿਜਲੀ ਨਾਲ ਵੀ ਆ, ਕੋਈ ਮਿੱਟੀ ਦੇ ਤੇਲ 'ਤੇ ਵੀ ਹੁੰਦੇ, ਵੱਖੋ ਵੱਖਰੇ ਹੁੰਦੇ ਆ, ਅਲੱਗ ਅਲੱਗ ਚੱਲਦੇ ਆ। ਸਪਰੇਆਂ ਪਈਆਂ ਇਹਨਾਂ ਦੀਆਂ, ਪੁੱਕ ਪਈ ਆ ਪਿੱਕੇ 'ਤੇ ਲੱਗਣ ਵਾਸਤੇ, ਟਰਾਲੀ ਪਾਉਣ ਵਾਸਤੇ, ਇਹ ਸਾਰਾ ਸਮਾਨ ਰੱਖਿਆ ਵਾ ਇਹਨਾਂ ਦਾ। ਠੀਕ ਹੈ ਜੀ, ਇਹ ਆਲਮੋਸਟ ਖਾਲੀ ਹੋ ਚੱਲਿਆ ਜੀ, ਸਟੋਰ ਖਾਲੀ ਹੈਗਾ, ਕਹਿੰਦੇ 3 ਗੇੜਿਆਂ ਦਾ ਮਟੀਰੀਅਲ ਆ ਟਰੱਕਾਂ ਦਾ, ਇੱਧਰ ਬੱਤੀਆਂ ਭਜਾਈਆਂ ਪਈਆਂ, ਠੰਡ ਜਾਣੀ ਬਹੁਤ ਅੰਦਰ ਹਜੇ ਵੀ, ਬੰਦ ਕਰਿਆ ਵਾ, ਪਤਾ ਨਹੀਂ ਜਦੋਂ ਚੱਲਦਾ ਹੋਊਗਾ ਉਦੋਂ ਕਿੰਨੀ ਕੁ ਠੰਡ ਰੱਖਦੇ ਹੋਣਗੇ ਅੰਦਰ। ਗੇਟ ਲੱਗੇ ਹੋਏ ਆ ਬਕਾਇਦਾ, ਆਹ ਦੇਖੋ ਕੂਲੈਂਟ ਬਾਹਰ ਨਾ ਨਿਕਲੇ ਗਏ ਲੋੜ। ਠੀਕ ਹੈ ਜੀ, ਕਾਫੀ ਵੱਡਾ ਜਗਾੜ ਆ, ਛੋਟਾ ਕੰਮ ਤਾਂ ਕਰਦੇ ਹੀ ਨਹੀਂ ਹੈਗੇ, ਤਾਂ ਮਸ਼ੀਨਰੀ ਸਾਰੀ ਵੱਡੀ। ਠੀਕ ਹੈ ਜੀ, ਆਹ ਦੇਖੋ ਉਹ ਕਰੇਟ ਲਿਆਂਦਾ ਚੱਕ ਕੇ ਆਲੂਆਂ ਦਾ ਭਰਿਆ ਵਾ, ਉਹ ਫੋਰਕਲਿਫਟ ਦੀ ਮਦਦ ਨਾਲ ਉਲਟਾ ਕੀਤਾ, ਅਤੇ ਨਾਲ ਦੀ ਨਾਲ ਸਾਰੇ ਆਲੂ ਕਨਵੇਅਰ ਬੈਲਟ ਦੇ ਉੱਪਰ। ਠੀਕ ਹੈ ਜੀ, ਖਾਲੀ ਹੋ ਗਿਆ ਬਕਸਾ, ਇਹ ਚੱਲ ਅੰਦਰ। ਠੀਕ ਹੈ ਜੀ, ਇਹ ਚੱਲ ਬਈ ਚਿਣਤਾ ਖਾਲੀ ਬਕਸੇ, ਹੁਣ ਦੁਬਾਰਾ ਨਵੀਂ ਫਸਲ ਦੀ ਉਡੀਕ ਕਰਦੇ ਆ, ਨਵੀਂ ਫਸਲ ਆਊਗੀ ਤਾਂ ਫਿਰ ਚਲਾਉਣਗੇ। ਆਹ ਬੋਬਕੈਟਾਂ ਨੇ, ਇੱਕ ਬੋਬਕੈਟ ਮੈਨੂੰ ਲੱਗਦਾ ਵੀ ਪਤਾ ਨਹੀਂ 20 ਬੰਦੇ ਇੰਨਾ ਕੰਮ ਕਰਦੀ ਹੈ ਜਾਂ 50 ਬੰਦੇ ਇੰਨਾ ਕੰਮ ਕਰਦੀ ਹੈ, ਇਕੱਲੀ ਵੀ ਬਸ ਉਨਾ ਕੁ ਮਟੀਰੀਅਲ ਰਹਿ ਗਿਆ ਜਿੰਨਾ ਕੁ ਉਹ ਜਿਹੜਾ ਪਿਆ ਨਾ ਪਰਲੇ ਪਾਸੇ ਦੇਖਦਾ ਜਿੱਥੋਂ ਚੱਕਦੀ ਆ, ਉਨਾ ਕੁ ਮਟੀਰੀਅਲ ਰਹਿ ਗਿਆ ਇਹਨਾਂ ਕੋਲ ਸਾਰਾ ਖਤਮ, ਅਤੇ ਉਹ ਪਰਲੇ ਪਾਸੇ ਗ੍ਰੇਡਿੰਗ ਮਸ਼ੀਨਾਂ ਲੱਗੀਆਂ ਵੀ ਆ ਆਲੂ ਗ੍ਰੇਡਿੰਗ ਕਰਨ ਵਾਸਤੇ। ਦੇਖੀ ਚੱਲ ਬਈ, ਨਾਲ ਦੀ ਨਾਲ ਕਨਵੇਅਰ ਬੈਲਟ ਸੀ। ਠੀਕ ਹੈ ਜੀ, ਉੱਥੇ ਬੈਲਟ ਦੀ ਕਨਵੇਅਰ ਬੈਲਟ ਦੀ ਕਾਫੀ ਚੜਾਈ ਆ, ਉਸ ਤੋਂ ਬਾਅਦ ਇੱਥੇ ਝਾਰ ਲੱਗੀ ਜਾਂਦਾ, ਆਲੂ ਥੋੜ੍ਹੇ ਹਰੇ ਹੋਏ ਹੋਏ ਆ ਹੁਣ, ਇਹ ਝਾਰ ਲੱਗੀ ਜਾਂਦਾ ਆਪਦੀ ਜਿਹੜੀ ਝਾੜ ਕੇ ਮਸ਼ੀਨ ਲਾਈ ਜਾਂਦੀ ਨਾਲ ਦੀ ਨਾਲ, ਆਲੂ ਦੇ ਢਕੂਰ ਮਾਰੇ ਹੋਏ ਆ। ਠੀਕ ਹੈ ਜੀ, ਉਹਨਾਂ ਕੋਲ ਝੜ ਕੇ ਇੱਥੇ ਆ ਗਏ,
जो कि फिर कन्वेयर बेल्ट के उपर आए ठीक है जी। इतने तक एक मशीन सी जो कि जो लोडर लगे हुआ वा एक कल्ली कन्वेयर बेल्ट आ उस मटीरियल आ इतने चढ़ी जाता यह बॉबकेट लगी भी है यदा पूरे टोकरा जहा लगे वा तो यू ए जाके बाहर ट्राली खड़ी आ मटीरियल सारा ट्राली से नाल दी नाल ठीक देखो जी ये जी मशीन आतो मैनुअल भी कम करती है आदि ये लीवर लगे हुए स्विचा लगे हुए मैनुअल भी कम करती है और रिमोट कंट्रोल भी आ जिहड़ा भाई उसे लोड कर रहा मौके पर वह रिमोट कंट्रोल के उत्ते खड़ के भी कंट्रोल करता ठीक है जी। आखिरी ट्राली ये चंगा दमन सट के जिसका मटीरियल हों बहर लै जाते और उधर ट्रक लोड हो गया आ जिमीदार भाई को रिमोट फड़िया हुआ मशीन का इन कंट्रोल करता लो जी देखो क्या सुपर भी लोड होंगी आलू की दो बंदे काम कर रहे हैं एक आ भाई है जिमीदार भरा एक अंदरों जड़ा लिया लोड पाँगा वा जो क्रेट लिया के छड़ा उधर तो यह बाइक कला बस रिमोट न कन्वेयर बेल्ट नूं कंट्रोल करता अगे पिछे सज्जे खब्बे जिन्नी करनी है तो 12 तो 15 क मिनट के ट्रक लोड कर दिंदा है लो जी गड्डियां आ गई दूजिया भी लोड लैन वास्ते दूजा लोड आ दूजा गेड़ा ते ट्रक भरी जांदा आलूआ दा ट्रक तैयार आ एक बक्सा भर गया दूजा भर के फिर पौने चाले भी रहो मिलदे आ प्रभु फिर मिलदे आ।